ਆਂ ਧਿਆਣੀਆਂ ਪੁੱਤ ਤਾਂ ਜਿਉਣ ਜੋਗੇ ਕਿਉਂ ਧੀਆਂ ਮਰ ਜਾਣੀਆਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਈਵਲ ਟੀਵੀ ਤੇ ਮੈਂ ਸੁਖਦੀਪ ਕੌਰ ਅੱਜ ਅਸੀਂ ਗੱਲ ਕਰਾਂਗੇ ਧੀਆਂ ਬਾਰੇ ਧੀਆਂ ਦੇ ਸੱਚ ਬਾਰੇ ਤੇ ਸਮਾਜ ਦੇ ਸੱਚ ਬਾਰੇ ਅਸੀਂ ਅੱਜ 1ਵੀਂ ਸਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਇਸ ਦੌਰ ਦੇ ਅੰਦਰ ਸਾਇੰਸ ਅਤੇ ਤਕਨੀਕ ਨੇ ਤਰੱਕੀ ਦੇ ਨਵੇਂ-ਨਵੇਂ ਆयाम ਤੈ ਕੀਤੇ ਨੇ ਹਰ ਪਲ ਅਸੀਂ ਨਵੇਂ ਬਦਲਾ ਅੰਦਰ ਵਿਚਰ ਰਹੇ ਆ ਇਹ ਬਦਲਾ ਅਸੀਂ ਹਰ ਪੱਖ ਵਿੱਚ ਮਹਿਸੂਸ ਕਰ ਸਕਦੇ ਆ ਜੇਕਰ ਧੀਆਂ ਦੇ ਪੱਖ ਤੋਂ ਗੱਲ ਕਰੀਏ ਤਾਂ ਪਹਿਲੇ ਸਮਿਆਂ ਦੇ ਮੁਕਾਬਲੇ ਧੀਆਂ ਦੀ ਪਰਵ੍ਰਿਸ਼ ਵਿੱਚ ਹੁਣ ਬਹੁਤ ਵੱਡੀ ਤਬਦੀਲੀ ਆ ਚੁੱਕੀ ਹੈ ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਪਹਿਲੇ ਵੇਲਿਆਂ ਅੰਦਰ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਧੀਆਂ ਨੂੰ ਸਦਾ ਹੀ ਘਰ ਅੰਦਰ ਬਗਾਨੀ ਅਮਾਨਤ ਜਾਂ ਪਰਾਇਆ ਧਨ ਸਮਝ ਕੇ ਪਾਲਿਆ ਜਾਂਦਾ ਤੇ ਇਸ ਘਰ ਦਾ ਸਾਰਾ ਲਾਡ ਪਿਆਰ ਪੁੱਤਰਾਂ ਦੇ ਹਿੱਸੇ ਆਉਂਦਾ ਇਹ ਬਗਾਨਗੀ ਇਹ ਪਰਾਇਆਪਨ ਧੀਆਂ ਦਾ ਪਿੱਛਾ ਨਾ ਛੱਡਦਾ ਤੇ ਸੋਰੇ ਘਰ ਵਿੱਚ ਉਸ ਨੂੰ ਬੇਗਾਨੀ ਜਾਈ ਸਮਝਿਆ ਜਾਂਦਾ ਸੀ ਇਥੋਂ ਤੱਕ ਕਿ ਧੀਆਂ ਨਾਲ ਪੜ੍ਹਾਈ ਤੇ ਖੁਰਾਕ ਬਾਰੇ ਵੀ ਵਿਤਕਰਾ ਹੁੰਦਾ ਧੀਆਂ ਨੂੰ ਪੜਾਇਆ ਨਹੀਂ ਜਾਂਦਾ ਸੀ ਕਿਉਂਕਿ ਸਮਾਜ ਦੀ ਸੋਚ ਸੀ ਕਿ ਪੜ੍ਹ ਲਿਖ ਕੇ ਇਹਨਾਂ ਨੇ ਕਿਹੜੇ ਅਫਸਰ ਲਗਣਾ ਏ ਕਰਨਾ ਤਾਂ ਚੌਂਕਾ ਚੁੱਲਾਈਏ ਤੇ ਢੋਣਾ ਤਾਂ ਸਿਰ ਤੇ ਗੋਹਾ ਕੂੜਾ ਹੀ ਏ ਪੁੱਤਰਾਂ ਦੇ ਹਿੱਸੇ ਸਦਾ ਹੀ ਘਰ ਪਰਿਵਾਰ ਦੀ ਸਰਦਾਰੀ ਰਹੀ ਤੇ ਧੀਆਂ ਦੇ ਹਿੱਸੇ ਸਦਾ ਘਰ ਦੀ ਚਾਰ ਦੀਵਾਰ ਹੀ ਰਹੀ ਇਥੋਂ ਤੱਕ ਕੇ ਧੀਆਂ ਨੂੰ ਖਾਂ ਲਈ ਵੀ ਘੱਟ ਦਿੱਤਾ ਜਾਂਦਾ ਸੀ ਤਾਂ ਜੋ ਉਹ ਛੇਤੀ ਜਵਾਨ ਨਾ ਹੋ ਸਕਣ ਹੌਲੀ ਹੌਲੀ ਵਿਦਿਆ ਦਾ ਵਾਸਾਰ ਹੋਣ ਲੱਗਾ ਤੇ ਇਸ ਦੇ ਚਾਨਣ ਨਾਲ ਧੀਆਂ ਦੀ ਵੀ ਕਿਸਮਤ ਬਦਲੀ ਹੁਣ ਧੀਆਂ ਨੂੰ ਘਰਾਂ ਅੰਦਰ ਤੇ ਪਰਿਵਾਰ ਵਿੱਚ ਉਹ ਸਭ ਹਾਸਿਲ ਹੈ ਜੋ ਇੱਕ ਪੁੱਤਰ ਨੂੰ ਮਿਲਦਾ ਏ ਘਰ ਵਿੱਚ ਧੀ ਨੂੰ ਪੜਨ ਲਿਖਨ ਕੱਪੜੇ ਪੈਣਨ ਖਾਣ ਪੀਣ ਕਿਤੇ ਔਨਜਾਨ ਹਰ ਗੱਲ ਦੀ ਬਰਾਬਰੀ ਏ ਆਜ਼ਾਦੀ ਏ ਤੇ ਧੀਆਂ ਨੇ ਵੀ ਆਪਣੀ ਹੁਨਰ ਨਾਲ ਆਪਣੀ ਕਾਬਲੀਅਤ ਨਾਲ ਦੁਨੀਆ ਵਿੱਚ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਨੇ ਜਿੱਥੇ ਪਹਿਲਾਂ ਸਿਰਫ ਮਰਦ ਕਾਬਜ ਸੀ ਇਹ ਗੱਲਾਂ ਸੁਣਨ ਚ ਕਿੰਨੀਆਂ ਚੰਗੀਆਂ ਲੱਗਦੀਆਂ ਨੇ ਤੇ ਇਹ ਗੱਲਾਂ ਸੱਚ ਵੀ ਨੇ ਪਰ ਮੈਂ ਤੁਹਾਡੇ ਤੋਂ ਪੁੱਛਦੀ ਆ ਕਿ ਇਹ ਸੱਚਮੁੱਚ ਸੱਚ ਨੇ ਇੱਕ ਧੀ ਹੋਣ ਦੇ ਨਾਤੇ ਮੇਰਾ ਦਿਲ ਇੰਨਾਂ ਗੱਲਾਂ ਦੀ ਗਵਾਹੀ ਨਹੀਂ ਪਰਦਾ ਕਿਉਂਕਿ ਬੇਸ਼ੱਕ ਅੱਜ ਸਮਾਜ ਉન્નਤ ਹੈ ਤਰੱਕੀ ਕਰ ਰਿਹਾ ਹੈ ਤੇ ਲਗਾਤਾਰ ਬਦਲ ਵੀ ਰਿਹਾ ਹੈ ਪਰ ਹਾਲੇ ਵੀ ਇਸ ਸਮਾਜ ਦੀ ਮਾਨਸਿਕਤਾ ਸੋਚ ਵਿਚਾਰਤਾਰਾ ਉਹੀ ਰੂੜੀਵਾਦੀ ਏ ਇਸ ਨੇ ਨਵੇਂ ਜਮਾਨੇ ਦਾ ਬਾਹਰੀ ਰੂਪ ਤਾਂ ਅਪਣਾ ਲਿਆ ਪਰ ਆਪਣੀਆਂ ਰੂੜੀਵਾਦੀ માનਤਾਵਾਂ ਤੇ ਪਰੰਪਰਾਵਾਂ ਨੂੰ ਨਹੀਂ ਛੱਡਿਆ ਧੀਆ ਨਾਲ ਜੋ ਅੱਜ ਵਾਪਰ ਰਿਹਾ ਏ ਉਸ ਬਾਰੇ ਤਾਂ ਅਸੀਂ ਅੱਗੇ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਧੀ ਦੇ ਜਨਮ ਬਾਰੇ ਉਸ ਦੇ ਸੰਸਾਰ ਵਿੱਚ ਆਉਣ ਬਾਰੇ ਕੁਝ ਗੱਲਾਂ ਕਰ ਲਈਏ ਇਹ ਕੋਈ ਸਦੀਆਂ ਪੁਰਾਣੀਆਂ ਗੱਲਾਂ ਨਹੀਂ ਇਹ ਸਿਰਫ 40 ਜਾਂ 50 ਸਾਲ ਪਹਿਲਾਂ ਵਾਪਰੀਆਂ ਹੋਈਆਂ ਨੇ ਤੁਸੀਂ ਵੀ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਣਗੀਆਂ ਉਹਨਾਂ ਵੇਲਿਆਂ ਵਿੱਚ ਜਦੋਂ ਘਰ ਵਿੱਚ ਧੀ ਜੰਮਦੀ ਤਾਂ ਉਸ ਨੂੰ ਘੜੇ ਵਿੱਚ ਬੰਦ ਕਰ ਦਿੱਤਾ ਜਾਂਦਾ ਪਾਣੀ ਵਿੱਚ ਡਬੋਇਆ ਜਾਂਦਾ ਉਸ ਦੇ ਮੂੰਹ ਵਿੱਚ ਅੱਕ ਪਾਇਆ ਜਾਂਦਾ ਜਾਂ ਉਸ ਦੇ ਮੂੰਹ ਨੂੰ ਫੀਮ ਲਾ ਦਿੱਤੀ ਜਾਂਦੀ ਇੱਕ ਨੰਨੀ ਜੀ ਜਾਨ ਨੂੰ ਇਹ ਦੁਨੀਆ ਇੰਨੀਆਂ ਸਖਤ ਸਜ਼ਾਵਾਂ ਦੇਂਦੀ ਤੇ ਉਸ ਦਾ ਕਸੂਰ ਕੀ ਹੁੰਦਾ ਕਿ ਉਹ ਇੱਕ ਧੀ ਬਣ ਕੇ ਜੰਮੀ ਹੈ ਉਸ ਨੰਨੀ ਜਾਨ ਤੋਂ ਇਸ ਦੁਨੀਆ ਵਿੱਚ ਆਉਣ ਤੋਂ ਬਾਅਦ ਨਾਲ ਦੀ ਨਾਲ ਮਾਰਿਆ ਜਾਂਦਾ ਸੀ ਫਿਰ ਹੌਲੀ-ਹੌਲੀ ਅਸੀਂ ਤਰੱਕੀ ਕੀਤੀ ਅਸੀਂ ਪੜ੍ਹੇ ਲਿਖੇ ਹੋ ਗਏ ਕਿੱਥੇ ਤਾਂ ਪਿਛਲੇ ਸਮੇਂ ਅੰਦਰ ਅਸੀਂ ਧੀਆਂ ਨੂੰ ਦੁਨੀਆ ਵਿੱਚ ਆਉਣ ਤੋਂ ਬਾਅਦ ਮਾਰਦੇ ਸੀ ਤੇ ਹੁਣ ਅਸੀਂ ਮਾਂ ਦੀ ਕੁੱਖ ਵਿੱਚ ਹੀ ਧੀਆਂ ਨੂੰ ਕਤਲ ਕਰਨ ਲੱਗ ਪਏ ਹੌਲੀ-ਹੌਲੀ ਇਸ ਸਬ ਦੇ ਖਿਲਾਫ ਕਾਨੂੰਨ ਬਣੇ ਸ਼ਕਤੀਆਂ ਲਾਗੂ ਹੋਈਆਂ ਤੇ ਸਜਾਵਾਂ ਵੀ ਨਿਰਧਾਰਿਤ ਹੋਈਆਂ ਤੇ ਲੱਗਿਆ ਕਿ ਹੁਣ ਇਹ ਸਭ ਕੁਝ ਰੁਕ ਜਾਏਗਾ ਕੁੱਖਾਂ ਅੰਦਰ ਧੀਆਂ ਦਾ ਕਤਲ ਹੁਣ ਨਹੀਂ ਹੋਏਗਾ ਪਰ ਨਹੀਂ ਇਹ ਐਡਾ ਸੌਖਾ ਨਹੀਂ ਸੀ ਤੁਸੀਂ ਆਪਣੇ ਆਸ-ਪਾਸੇ ਕਿੰਨੀਆਂ ਹੀ ਅਜਿਹੀਆਂ ਮਾਵਾਂ ਨੂੰ ਦੇਖਿਆ ਜਾਂ ਸੁਨਿਆ ਹੋਏਗਾ ਜਿੰਨਾਂ ਦੀਆਂ ਕੁੱਖਾਂ ਅੰਦਰ ਇੱਕ ਨਹੀਂ ਕਈ ਕਈ ਵਾਰ ਧੀਆਂ ਨੂੰ ਕਤਲ ਕੀਤਾ ਗਿਆ ਅਸੀਂ ਜਿੰਨੇ ਮਰਜੀ ਬਦਲਾ ਦੇ ਨਾਰੇ ਮਾਰੀਏ ਨੰਨੀਆਂ ਛਾਵਾਂ ਦੇ ਦਮ ਭਰੀਏ ਪਰ ਸੱਚ ਤਾਂ ਇਹ ਆ ਕਿ ਸਾਡਾ ਸਮਾਜ ਇਸ ਚੀਜ਼ ਤੋਂ ਮੁਨਕਰ ਹੋ ਹੀ ਨਹੀਂ ਸਕਦਾ ਅਸੀਂ ਇਸ ਸਮਾਜ ਦੇ ਕੋਝੇ ਸੱਚ ਤੋਂ ਕਦੀ ਵੀ ਅੱਖਾਂ ਨਹੀਂ ਮੀਚ ਸਕਦੇ ਕਹਿੰਦੇ ਨੇ ਨਾ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੁੰਦੀ ਏ ਇਹ ਗੱਲ ਸਿਰਫ ਨੋ ਸੱਸ ਦੇ ਰਿਸ਼ਤੇ ਤੇ ਹੀ ਸੱਚ ਨਹੀਂ ਹੈ ਬਲਕਿ ਔਰਤ ਦੇ ਹੋਰ ਪੱਖਾਂ ਵਿੱਚ ਵੀ ਇਸ ਗੱਲ ਨੂੰ ਵੇਖਿਆ ਜਾ ਸਕਦਾ ਹੈ ਅੱਜ ਵੀ ਪੁੱਤਰ ਦਾ ਜੰਮਣਾ ਇੱਕ 골ਡ ਮੈਡਲ ਜਿੱਤਣ ਵਾਂਗ ਸਮਝਿਆ ਜਾਂਦਾ ਹੈ ਤੇਤੀ ਨੂੰ ਇੱਕ ਮਜਬੂਰੀ ਵਜੋਂ ਹੀ ਅਪਣਾਇਆ ਜਾਂਦਾ ਏ ਬਸ ਫਰਕ ਇੰਨਾ ਏ ਕਿ ਇਹ ਮਜਬੂਰੀ ਹੁਣ ਖੁਸ਼ੀ-ਖੁਸ਼ੀ ਅਪਣਾਈ ਜਾਂਦੀ ਏ ਜਦੋਂ ਤੀ ਜੰਮਦੀ ਏ ਤਾਂ ਅਕਸਰ ਬਜ਼ੁਰਗ ਕਹਿੰਦੇ ਨੇ ਰੱਬ ਕੋਈ ਚੰਗੀ ਸ਼ੈ ਦੇ ਦਿੰਦਾ ਬਜ਼ੁਰਗਾਂ ਦੇ ਇਸ ਕਹਿਣ ਵਿੱਚ ਉਹਨਾਂ ਦੀ ਮਾਨਸਿਕਤਾ ਚਲਕਦੀ ਏ ਉਨ੍ਹਾਂ ਦੀ ਸੋਚ ਸਾਨੂੰ ਉਜਾਗਰ ਹੁੰਦੀ ਏ ਚਲੋ ਪਹਿਲੀ ਧੀ ਤਾਂ ਖੁਸ਼ੀ-ਖੁਸ਼ੀ ਅਪਣਾ ਲਈ ਜਾਂਦੀ ਏ ਪਰ ਜੇ ਕਿਤੇ ਘਰ ਦੇ ਅੰਦਰ ਮਾਪਿਆਂ ਕੋਲ ਦੂਜੀ ਵਾਰ ਵੀ ਧੀ ਜੰਮ ਪਏ ਤਾਂ ਉਹਨਾਂ ਮਾਪਿਆਂ ਨੂੰ ਤਰਸ ਦੇ ਆਧਾਰ ਤੇ ਦੇਖਿਆ ਜਾਂਦਾ ਏ ਤੇ ਪਿਤਾ ਵਿਚਾਰਾ ਬਣ ਜਾਂਦਾ ਏ ਤੇ ਮਾਂ ਦੋਸ਼ੀ ਬਣ ਜਾਂਦੀ ਏ ਦੂਜੀ ਧੀ ਨੂੰ ਜਨਮ ਦੇਣ ਲਈ ਧੀਆ ਨੇ ਹਮੇਸ਼ਾ ਹੀ ਆਪਣੀ ਕਾਬਲਤ ਸਾਬਿਤ ਕੀਤੀ ਏ ਉਹਨਾਂ ਭਾਵੇਂ ਜਿੰਨੇ ਮਰਜੀ ਉੱਚੇ ਮੁਕਾਮ ਹਾਸਲ ਕਰ ਲਏ ਪਰ ਸਮਾਜ ਦੀ ਸੋਚ ਨਹੀਂ ਬਦਲੀ ਤੇ ਇਹ ਸੋਚ ਪਿੰਡੂ ਜਾਂ ਸ਼ਹਿਰੀ ਪੜੇ ਲਿਖੇ ਜਾਂ ਅਨਪੜ ਤੇ ਸਮਾਜ ਦੀ ਇਸ ਸੋਚ ਵਿੱਚ ਅਮੀਰ ਜਾਂ ਗਰੀਬ ਤੇ ਪੜੇ ਲਿਖੇ ਜਾਂ ਅਣਪੜ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੁੱਲ ਦਾ ਦੀਪਕ ਤੇ ਵੰਸ਼ ਨੂੰ ਅੱਗੇ ਵਧਾਉਣ ਵਾਲਾ ਰਾਜਾ ਬੇਟਾ ਤਾਂ ਸਭ ਨੂੰ ਚਾਹੀਦਾ ਏ ਪਰਿਵਾਰ ਵਿੱਚ ਘਰ ਵਿੱਚ ਤੀ ਜੰਮਨ ਤੋਂ ਬਾਅਦ ਤਾਂ ਚਲੋ ਉਹ ਮੋਹ ਦੀਆਂ ਤੰਦਾਂ ਵਿੱਚ ਵੱਜ ਜਾਂਦੀ ਏ ਪਰ ਸਮਾਜ ਆਪਣੇ ਪੇੜੀਏ ਦੇ ਕਿਰਦਾਰ ਨੂੰ ਫਿਰ ਵੀ ਨਹੀਂ ਭੁੱਲਦਾ ਅਸੀਂ ਅਕਸਰ ਹੀ 2 ਸਾਲ ਦੀ ਮਾਸੂਮ ਧੀ ਤੋਂ ਲੈ ਕੇ 80 ਸਾਲ ਦੀ ਬਜ਼ੁਰਗ ਔਰਤ ਤੱਕ ਹੁੰਦੀ ਦਰਿੰਦਗੀ ਨੂੰ ਅਖਬਾਰਾਂ ਤੇ ਟੀਵੀ ਵਿੱਚ ਪੜਦੇ ਤੇ ਸੁਂਦੇ ਹਾਂ ਪਰਿਵਾਰ ਨੇ ਤਾਂ ਧੀ ਨੂੰ ਹਰ ਪੱਖ ਤੋਂ ਬਰਾਬਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਕੀ ਸਮਾਜ ਉਸ ਨੂੰ ਇਹ ਬਰਾਬਰੀ ਦੇ ਪਾਇਆ ਪਹਿਲੇ ਵੇਲਿਆਂ ਅੰਦਰ ਧੀ ਇੱਕ ਪਿਤਾ ਅਧੀਨ ਪਤਨੀ ਇੱਕ ਪਤੀ ਅਧੀਨ ਤੇ ਮਾਂ ਹਮੇਸ਼ਾ ਪੁੱਤ ਅਧੀਨ ਵਿਚਰਦੀ ਰਹੀ ਔਰਤ ਹਰ ਪੱਖ ਤੇ ਮਰਦ ਦੇ ਅਧੀਨ ਹੀ ਰਹੀ ਫਿਰ ਪੜ੍ਹ ਲਿਖ ਕੇ ਔਰਤ ਨੇ ਮੁਕਾਮ ਹਾਸਲ ਕੀਤਾ ਉਚਾਈਆਂ ਹਾਸਲ ਕੀਤੀਆਂ ਪਰ ਬਰਾਬਰੀ ਨਾ ਮਿਲ ਸਕੇ ਉਹ ਬਰਾਬਰ ਨਹੀਂ ਹੈ ਕਿਉਂਕਿ ਉਹ ਸੁਰੱਖਿਅਤ ਨਹੀਂ ਹੈ ਬਸ ਦੀ ਸੀਟ ਤੋਂ ਲੈ ਕੇ ਸੰਸਦ ਦੀ ਸੀਟ ਤੱਕ ਰਿਜ਼ਰਵੇਸ਼ਨ ਤਾਂ ਹੈ ਪਰ ਬਰਾਬਰੀ ਨਹੀਂ ਹੈ ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮ ਜੈਆਂ ਤੀਆਂ ਸਪੇਸ ਤੇ ਪਹੁੰਚ ਚੁੱਕੀਆਂ ਨੇ ਪਰ ਸਮਾਜ ਨੂੰ ਹਾਲੇ ਵੀ ਧੀ ਦੇ ਹੱਥ ਵਿੱਚ ਵੇਲਣਾ ਤੇ ਕੜਛੀ ਚੰਗੀ ਲੱਗਦੀ ਏ ਅੱਜ ਤੀਆਂ ਡਿਫੈਂਸ ਵਿੱਚ ਨੇ ਪੁਲਿਸ ਵਿੱਚ ਨੇ ਬਾਰ ਉਹ ਕੱਲੀਆਂ ਰਾਤ ਨੂੰ ਗਲੀ ਦੀ ਨੁੱਕਰ ਤੱਕ ਨਹੀਂ ਜਾ ਸਕਦੀਆਂ ਕਿਉਂਕਿ ਉਹ ਸੁਰੱਖਿਅਤ ਨਹੀਂ ਹੈ ਇੱਕ 20 ਸਾਲ ਦੀ ਜਵਾਨ ਧੀ ਨੂੰ ਘਰ ਤੋਂ ਬਾਹਰ ਜਾਣ ਲਈ 10 ਸਾਲ ਦਾ ਛੋਟਾ ਭਰਾ ਇੱਕ ਬਾਡੀਗਾਰਡ ਵਜੋਂ ਨਾਲ ਚਾਹੀਦਾ ਹੈ ਤੇ ਮਾਪਿਆਂ ਦੀ ਵੀ ਤਾਂ ਇਹ ਮਜਬੂਰੀ ਹੈ ਕਿਉਂਕਿ ਉਹ ਆਪਣੀਆਂ ਧੀਆਂ ਨੂੰ ਸੁਰੱਖਿਅਤ ਤੇ ਸੇਫ ਵੇਖਣਾ ਚਾਹੁੰਦੇ ਨੇ ਇਸ ਸਮਾਜ ਦੇ ਦਰਿੰਦਿਆਂ ਤੋਂ ਧੀਆਂ ਨੇ ਹਰ ਵਾਰ ਆਪਣੀ ਕਾਬਲੀਅਤ ਨਾਲ ਖੁਦ ਨੂੰ ਸਾਬਿਤ ਕੀਤਾ ਈ ਮਦਰ ਟੇਰੇਸਾ ਲਤਾ ਮਗੇਸ਼ਕਰ ਕਿਰਨ 베ਦੀ ਮੈਰੀ ਕੌਮ ਪੀਵੀ ਸਿੰਧੂ ਜਿਹੀਆਂ ਧੀਆਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾ ਮਾਰੀਆਂ ਨੇ ਪਰ ਫਿਰ ਵੀ ਮਾਪੇ ਅੱਜ ਧੀਆਂ ਜੰਮਣ ਤੋਂ ਇਨਕਾਰੀ ਨੇ ਇਸ ਦਾ ਕਾਰਨ ਸਮਾਜ ਦੀ ਰੂੜੀਵਾਦੀ ਸੋਚ ਹੈ ਚਲੋ ਇੱਕ ਵਾਰ ਤਾਂ ਮਾਪੇ ਇਸ ਰੂੜੀਵਾਦੀ ਸੋਚ ਨੂੰ ਛੱਡ ਦੇਣਗੇ ਪਰ ਧੀਆਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਵੱਡਾ ਹੈ ਅੱਜ ਧੀਆਂ ਸਮਾਜ ਵਿੱਚ ਖੁਦ ਨੂੰ ਸੁਰੱਖਿਅਤ ਜਾਂ ਮਹਿਫੂਜ਼ ਮਹਿਸੂਸ ਨਹੀਂ ਕਰਦੀਆਂ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਔਰਤਾਂ ਕਿਸੇ ਵੀ ਪੱਖ ਤੋਂ ਸੁਰੱਖਿਅਤ ਨਹੀਂ ਹਨ ਉਹ ਚਾਹੇ ਘਰ ਹੋਵੇ ਜਾਂ ਦਫ਼ਤਰ ਹੋਵੇ ਕਹਿੰਦੇ ਨੇ ਰੱਬ ਤੋਂ ਬਾਅਦ ਮਾਂ ਦੇ ਰੂਪ ਵਿੱਚ ਔਰਤ ਸਿਰਜਣਹਾਰੀ ਪਾਲਨਹਾਰੀ ਇਸ ਗੱਲ ਲਈ ਸਮਾਜ ਨੇ ਉਹਦੀ ਵਡਿਆਈ ਤਾਂ ਕੀ ਕਰਨੀ ਸੀ ਉਸ ਨੂੰ ਉਸਦੇ ਬੰਦੇ ਹੱਕ ਵੀ ਨਾ ਦਿੱਤੇ ਇਸ ਲਈ ਲੋੜ ਹੈ ਧੀਆਂ ਨੂੰ ਅਸੀਂ ਉਨਾਂ ਦੇ ਹੱਕ ਦਈਏ ਹਰ ਬੋਲੀ ਹਰ ਗੀਤ ਤੇ ਹਰ ਦੁਆ ਵਿੱਚ ਸਿਰਫ ਪੁੱਤਰ ਹੀ ਹਾਵੀ ਨੇ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ ਵੀਰ ਕਰ ਪੁੱਤ ਜੰਮਿਆ ਚੰਨ ਚੜਿਆ ਬਾਬੁਲ ਦੇ ਵੇੜੇ ਇੱਕ ਵੀਰ ਦਈਂ ਵੇ ਰੱਬਾ ਸੌ ਖਾਨ ਨੂੰ ਬੜਾ ਚਿਤ ਕਰਦਾ ਅੱਜ ਲੋੜ ਐ ਇਨ੍ਹਾਂ ਗੀਤਾਂ ਇਨ੍ਹਾਂ ਬੋਲੀਆਂ ਦੇ ਅਰਥਾਂ ਨੂੰ ਬਦਲਣ ਦੀ ਤੀਆਂ ਨੂੰ ਵੀ ਪੁੱਤਾਂ ਦੇ ਬਰਾਬਰ ਹੱਕ ਦੇਣ ਦੀ ਬੇਸ਼ੱਕ ਕਾਨੂੰਨੀ ਤੌਰ ਤੇ ਤਾਂ ਤੀਆਂ ਨੂੰ ਹੱਕ حاصل ਹੈ ਪਰ ਤੀਆਂ ਹੱਕ ਵਿੱਚ ਹਿੱਸੇ ਨਹੀਂ ਚਾਹੁੰਦੀਆਂ ਉਹ ਤਾਂ ਆਪਣੇ ਹਿੱਸੇ ਦਾ ਅਸਮਾਨ ਚਾਹੁੰਦੀਆਂ ਨੇ ਜਿੱਥੇ ਉਹ ਬੇਖੌਫ ਉਡਾਰੀ ਲਾ ਸਕਣ ਮਾਪਿਆਂ ਨੂੰ ਤੀਆਂ ਤੇ ਪੁੱਤਰਾਂ ਦੀ ਪਰਵਰਿਸ਼ ਵਿੱਚ ਖਾਸ ਧਿਆਨ ਦੇਣ ਦੀ ਲੋੜ ਹੈ ਜਿੱਥੇ ਪੁੱਤਰਾਂ ਨੂੰ ਖੁੱਲਾ ਨਹੀਂ ਉਥੇ ਧੀਆਂ ਨੂੰ ਵੀ ਖੁੱਲ ਦਿੱਤੀ ਜਾਵੇ ਤੇ ਜਿੱਥੇ ਧੀਆਂ ਤੇ ਰੋਕਾਂ ਨੇ ਬੰਦਿਸ਼ਾਂ ਨੇ ਉਹ ਬੰਦਿਸ਼ਾਂ ਪੁੱਤਰਾਂ ਤੇ ਵੀ ਲਾਈਆਂ ਜਾਣ ਕਿਉਂਕਿ ਮਾਪਿਆਂ ਦੀਆਂ ਦਿੱਤੀਆਂ ਖੁੱਲਾਂ ਦਾ ਨਤੀਜਾ ਇਹ ਕਿ ਅੱਜ ਪੁੱਤਰ ਨਸ਼ੇ ਗੈਂਗਵਾੜਾਂ ਤੇ ਗੈਂਗ ਰੇਪ ਜਿਹੀਆਂ ਮਾੜੀਆਂ ਪ੍ਰਵਿਰਤੀਆਂ ਦੇ ਆਦੀ ਬਨ ਰਹੇ ਨੇ ਇਸ ਲਈ ਜੇ ਅਸੀਂ ਉਸਾਰੂ ਤੇ ਸੋਹਣਾ ਸਮਾਜ ਸਿਰਜਣਾ ਹੈ ਤਾਂ ਆਪਣੇ ਬੱਚੇ ਆਪਣੇ ਪੁੱਤ ਤੇ ਆਪਣੇ ਧੀ ਨੂੰ ਚੰਗੀ ਪਰਵਿਸ਼ ਦਈਏ ਧੀयां ਸਦਾ ਹੀ ਮਾਪਿਆਂ ਦਾ ਦੁੱਖ ਵੰਡਾਉਂਦੀਆਂ ਨੇ ਉਹਨਾਂ ਦੇ ਹਿੱਸੇ ਦੀ ਖੁਸ਼ੀ ਨੂੰ ਦੁੱਗਣੀ ਕਰਦੀਆਂ ਨੇ ਤੇ ਇਸ ਲਈ ਲੋੜ ਹੈ ਕਿ ਧੀ ਨੂੰ ਵੀ ਉਸ ਦੇ ਹਿੱਸੇ ਦੀ ਉਡਾਰੀ ਦਿੱਤੀ ਜਾਵੇ ਉਸ ਦੇ ਹਿੱਸੇ ਦੀ ਦੁਨੀਆ ਦਿੱਤੀ ਜਾਵੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ